ਵਧੀਆ ਸਰਕਾਰੀ ਸਕੂਲ ਦੇ ਬੱਚੇ ਪੜ੍ਹਨ ਵਾਲੇ ਬੱਚੇ ਕੋਈ ਡਾਕਟਰ ਨਹੀਂ ਬਣ ਸਕਦਾ ਕੋਈ ਇੰਜੀਨੀਅਰ ਨਹੀਂ ਬਣ ਸਕਦਾ ਕਿਉਂਕਿ ਐਡਮਿਸ਼ਨਾਂ ਲੈਣੀਆਂ ਔਖੀਆਂ ਨਾਲੇ ਵਿਚਾਰੇ ਕੋਈ ਪੈਸਾ ਨਹੀਂ ਹੁੰਦਾ ਮੈਂ ਚਾਹੁੰਦਾ ਕਿ ਮੇਰੇ ਪੰਜਾਬ ਦੇ ਗਰੀਬ ਬੱਚੇ ਡਾਕਟਰ ਬਣ ਇੰਜੀਨੀਅਰ ਬਣ ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਜਿੰਨੀਆਂ ਵੀ ਕਾਲਜ ਪ੍ਰਾਈਵੇਟ ਹੈ ਸਰਕਾਰੀ ਕਾਲਜ ਹੈ ਭਾਵੇਂ ਖਾਲਸਾ ਕਾਲਜ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਪੰਜਾਬ ਜਿੰਨੇ ਕਾਲਜ ਹੈ 33% ਸੀਟਾਂ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ ਰਿਜ਼ਰਵ ਕੀਤੀਆਂ ਜਾਣਗੀਆਂ ਤੇ ਜਿਹੜੇ ਬੱਚੇ ਮੈਂ ਇੰਜੀਨੀਅਰ ਬਣ ਗਏ ਤੇ ਗਰੀਬ ਜੇ ਡਾਕਟਰ ਬਣ ਜੂਗਾ ਇੰਜੀਨੀਅਰ ਬਣ ਜੂਗਾ ਦੇਖੋ ਪਰਿਵਾਰ ਆਪਣਾ ਕਿੱਥੇ ਤੋਂ ਕਿੱਥੇ ਲੈ ਕੇ ਜਾਊਗਾ ਕਿਆ ਦੁਆਬੇ 'ਚ ਹੁਣ ਪੰਜਾਬ ਦੇ ਕੋਨੇ ਕੋਨੇ ਬੱਚੇ ਅਮਰੀਕਾ ਬਣਨਾ ਚਾਹੁੰਦੇ ਆ ਕੈਨੇਡਾ ਬਣਨਾ ਚਾਹੁੰਦੇ ਆ ਪਰ ਵਿਚਾਰੇ ਕੋਲ ਫੈਸਲਾ ਕੀਤਾ ਇੱਕ ਸਟੂਡੈਂਟ ਕਾਰਡ ਬਣਾਇਆ ਜਾਊਗਾ 10 ਲੱਖ ਰੁਪਏ ਦਾ ਜੋਸ਼ੀ 'ਚ ਦੱਸਿਆ ਤੁਸੀਂ ਕਿਹੜੀ ਵੀ ਯੂਨੀਵਰਸਿਟੀ ਹਿੰਦੁਸਤਾਨ ਵਿੱਚ ਜਾਂ ਹਿੰਦੁਸਤਾਨ ਇੱਕ ਬਹੁਤ ਵੱਡਾ ਫਾਇਦਾ ਇਹਦੇ ਨਾਲ ਹੋਣਾ ਹੈ ਜਿਹੜੇ ਆਪਾਂ ਸਰਕਾਰੀ ਨੌਕਰੀਆਂ ਦੀ ਗੱਲ ਕੀਤੀ ਹੈ 30% ਉੱਥੇ ਵੀ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ ਰਿਜ਼ਰਵ ਕੀਤੀਆਂ ਜਾਣਗੀਆਂ ਨਾਲੇ ਲੜਕੀਆਂ ਵਾਸਤੇ 50% ਸਰਕਾਰੀ ਨੌਕਰੀਆਂ ਰਿਜ਼ਰਵ ਕੀਤੀਆਂ ਜਾਣਗੀਆਂ ਅਸੀਂ ਚਾਹੁੰਦੇ ਹਾਂ ਕਿ ਬੇਟੀਆਂ ਆਪਣੀਆਂ ਸਰਕਾਰੀ ਨੌਕਰੀ ਲੈ ਸਕਣ ਸਿਆਣੇ ਕਹਿੰਦੇ ਪਰਮਜੀਤ ਸਿੰਘ ਹੈ ਜੀ ਅਸਲ ਵੇਖੋ ਜੀ ਸਾਡੇ ਕੁਝ ਦਿਨ ਪਹਿਲਾਂ ਦੀ ਘਟਨਾ ਵਾ ਲਖੀਮਪੁਰ ਖੇੜੀ 'ਚ 5 ਕਿਸਾਨ ਸ਼ਹੀਦ ਹੋ ਗਏ ਆ ਪਰ ਸਾਡੇ ਜਿਹੜੇ ਰਾਜਨੀਤਿਕ ਲੋਕ ਆ ਉਹਨਾਂ ਨੂੰ ਇਹ ਜਿਹੜੇ ਕਿਸਾਨ ਸ਼ਹੀਦੀਆਂ ਪਾ ਰਹੇ 700 ਦੇ ਕਰੀਬ ਵੱਧ ਕਿਸਾਨ ਦਿੱਲੀ ਬਾਰਡਰਾਂ ਦੇ ਸ਼ਹੀਦ ਹੋ ਗਏ ਆ ਪਰ ਇਹਨਾਂ ਨੂੰ ਆਪਣੀ ਵੋਟਾਂ ਨਾਲ ਮਤਲਬ ਆ ਇੱਥੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਲੋਕਾਂ ਦਾ ਜਿਹੜਾ ਭਵਿੱਖ ਆਉਣ ਵਾਲਾ ਉਹ ਖਤਰੇ 'ਚ ਆ ਸਾਡੇ ਬੱਚਿਆਂ ਦਾ ਜਿਹੜਾ ਰੁਜ਼ਗਾਰ ਨਹੀਂ ਹੈਗਾ ਉੱਥੇ ਕੋਈ ਗੱਲ ਨਹੀਂ ਆ ਪਹਿਲਾਂ ਇਹਨਾਂ ਦੀ ਸਰਕਾਰ ਰਹੀ ਆ ਇਹ ਸਿਰਫ ਨਸ਼ੇ ਤੋਂ ਬਗੈਰ ਹੋਰ ਸਰਕਾਰਾਂ ਕੋਈ ਵਪਾਰ ਨਹੀਂ ਕਰਦੀਆਂ ਆਪਣੇ ਬਿਜ਼ਨਸ ਵਾਸਤੇ ਲੋਕਾਂ ਦੀ ਨੌਜਵਾਨੀ ਦਾ ਜਿਹੜਾ ਭਵਿੱਖ ਉਹ ਜਾਣ 'ਤੇ ਤੁਲੀਆਂ ਹੋਈਆਂ ਵਾ ਅਤੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਵੀ ਹਜੇ ਵੋਟਾਂ ਘੱਟੋ ਘੱਟ 4-5 ਮਹੀਨੇ ਬਾਅਦ ਵਿੱਚ ਆ ਵੋਟਾਂ ਨੇ ਕਿਤੇ ਨਹੀਂ ਚੱਲੀਆਂ ਇਹ ਜਿਹੜੇ ਲੋਕ ਆ ਇਹ ਪੰਜਾਬ ਦੇ ਲੋਕ ਆ ਇਹ ਵੋਟਾਂ ਕਰੇ ਪਾਕਿਸਤਾਨ ਨਹੀਂ ਪਾਲ ਆਉਣ ਲੱਗੇ ਵੀ ਰੈਲੀਆਂ ਜ਼ਰੂਰੀ ਸੀ ਅੱਜ ਲੋੜ ਸੀ ਉਹ 3 ਕਾਲੇ ਕਾਨੂੰਨ ਜੋ 3 ਕਾਲੇ ਕਾਨੂੰਨ ਰੱਦ ਹੋ ਜਾਂਦੇ ਨੇ ਵੋਟਾਂ ਦੀ ਗੱਲ ਕੀਤੀ ਜਾਂਦੀ ਨੇ ਫੱਬਦੀ ਸੀ ਪਰ ਉਹ 3 ਕਾਨੂੰਨਾਂ ਨੂੰ ਪਾਸੇ ਛੱਡ ਕੇ ਲਖੀਮਪੁਰ ਖੇੜੀ 'ਚ ਸ਼ਹੀਦਾਂ ਨੂੰ ਪਾਸੇ ਛੱਡ ਕੇ ਇੱਥੇ ਆ ਤੁਸੀਂ ਵੇਖ ਸਕਦੇ ਜੋ ਵੋਟਾਂ ਦੀ ਗੱਲ ਕੀਤੀ ਜਾ ਰਹੀ ਆ ਸਾਡਾ ਭਵਿੱਖ ਖਤਰੇ 'ਚ ਆ ਇਹਨਾਂ ਨੂੰ ਆਪਣੀ ਕੁਰਸੀ ਦਿਖਣ ਡਈ ਆ ਉਹ ਬਾਦਲ ਸਰਕਾਰ ਆ ਉਹ ਸੁਖਬੀਰ ਬਾਦਲ ਆ ਜਿਹੜਾ ਕਹਿੰਦਾ ਇਹ ਕਿਸਾਨ ਅੱਤਵਾਦੀ ਆ ਅਤੇ ਅਸੈਂਬਲੀ 'ਚ ਜਾ ਕੇ ਇਹ ਗੱਲ ਕਹਿੰਦਾ ਸੀ ਕਾਨੂੰਨ ਵਧੀਆ ਵਾ ਅੱਜ ਜਦੋਂ ਲੋਕਾਂ ਨੇ ਇਹਦਾ ਵਿਰੋਧ ਕਰਨਾ ਸ਼ੁਰੂ ਕੀਤਾ ਹੁਣ ਕਹਿੰਦਾ ਕਾਨੂੰਨ ਮਾੜੇ ਆ ਜਦੋਂ ਕਿ ਕਾਨੂੰਨ ਪਹਿਲਾਂ ਵੀ ਮਾੜੇ ਸੀ ਜਦੋਂ ਇਹਨੂੰ ਜਾਪਿਆ ਵੀ ਮੇਰੀਆਂ ਵੋਟਾਂ ਖਿਸਕਦੀਆਂ ਨੇ ਉਦੋਂ ਇਹਨੇ ਆਪਣੀ ਸਟੇਟਮੈਂਟ ਬੰਦ ਕੀਤੀ ਹੈ ਬਿਲਕੁਲ ਭਾਜਪਾ ਨਾਲ ਰਲਿਆ ਹੋਇਆ ਵਾ ਇਹ ਸਾਰੇ ਕਾਰਪੋਰੇਟ ਲੋਕਾਂ ਨਾਲ ਰਲ ਕੇ ਜੇ ਇਹਨੂੰ ਲੁੱਟਣ ਦੀਆਂ ਤਿਆਰੀਆਂ ਕਰਨ ਡਏ ਨੇ ਕਿਹੜੀ ਜਗ੍ਹਾ ਤੇ ਰੋਸ਼ ਕੀਤਾ ਜਾ ਰਿਹਾ ਇਹ ਨਾਮਧਾਰੀ ਕੰਡਾ ਜੀ ਇਹ ਤਰਨਤਾਰਨ ਰੋਡ ਆ ਇਹ ਸੁਖਬੀਰ ਬਾਦਲ ਦਾ ਰੋਸ਼ ਕੀਤਾ ਜਾ ਰਿਹਾ ਜੀ ਇਹਦਾ ਕਰਕੇ ਨਹੀਂ ਜੀ ਅਸੀਂ ਸਿਰਫ ਵਿਰੋਧ ਕਰਨਾ ਵਾ ਵੀ ਇਹ ਤੁਸੀਂ ਮਾੜਾ ਕਰੋ ਕਾਫਲੇ ਨੂੰ ਕੋਈ ਰੋਕਣ ਦਾ ਕੋਈ ਮਸਲਾ ਨਹੀਂ ਹੈਗਾ ਸਾਡਾ ਪਰ ਇਹ ਵਿਰੋਧ ਕਰਨਾ ਇਹ ਗੱਲ ਦਾ ਵੀ ਗਲਤ ਕਰ ਰਹੇ ਜੋ ਅਸੀਂ ਦੱਸਣਾ ਚਾਹੁੰਦਾ ਰਾਜਨੀਤਿਕ ਲੋਕਾਂ ਨੂੰ ਵੀ ਇਹ ਗਲਤ ਹੋ ਰਿਹਾ ਵਾ ਜਿਹੜੇ ਮੇਨ ਅਸਲ ਇਹ ਪੰਜਾਬ ਦੇ ਮਤਲਬ ਮੁੱਦੇ ਸੀ ਭਾਰਤ ਦੇ ਮੁੱਦੇ ਉਹਨਾਂ ਦੀ ਗੱਲ ਕਰਨੀ ਚਾਹੀਦੀ ਵੋਟਾਂ ਦੀ ਗੱਲ ਕਰਨ ਦੀ ਲੋੜ ਨਹੀਂ ਅੱਜ ਇੰਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ।